वाहेगुरु जी का खालसा, वाहेगुरु जी की फतेह। अर्बन ट्रैवलर दी स्पिरिचुअल जर्नी यात्रा धन धन श्री गुरु तेग बहादुर साहब जी देखने वाली सारिया संगतां नू जी आयां नू 100 कदम की दूरी तय कर असी हुण आ पुजे हैगे आ गुरुद्वारा विवाह स्थान तो गुरुद्वारा थम जी या गुरुद्वारा थम साहिब ते जिहड़ा कि करतारपुर विखे स्थित हैगा। आओ आप जी नू लैके चलने आ गुरुद्वारा साहब ते उत्थे दे दर्शन कराने आ ते उत्थे दा पूरा इतिहास आप जी नू दसने आ। करतारपुर शहर के वसया होया यह गुरद्वारा साहब, गुरद्वारा थम जी जिहड़ा कि गुरु तेग बहादुर साहब जी के दादा गुरु अर्जन देव जी ने वसाया सीगा। इस शहर के गुरु अर्जन देव जी ने टाली के दरख्त का एक थम गड़िया ते इस शहर की स्थापना की। जिस जगह के उत्ते उन्होंने थम गड़िया सी उस जगह के उत्ते अज एक सुंदर ते पावन इतिहासिक गुरद्वारा साहब सुशोभित हैं जिथे कि असी इस वक्त खलोते हैं। गन का हो गत पाए हर को नाम सदा सुखदाई, हर को नाम सदा सुखदाई। राजसभा में राम नाम सुध आए, पंचाली को राजसभा में राम नाम सुध आए, ताको दुख हरे ओ करुणा में अपनी पैज वाहिगुरु जी का खालसा, वाहिगुरु जी की फतेह। दास जगदीप सिंह गुरद्वारा थामड़ी साहब विखे कथा की सेवा करता है। आप जी जो पवित्र स्थान के दर्शन कर रहे जे, यह पवित्र स्थान 9वें पातशाह श्री गुरु तेग बहादुर जी के दादा जी गुरु अर्जन देव पातशाह जी ने
ਸੰਮਤ 1651 ਵਿੱਚ ਇਸ ਅਸਥਾਨ ਦੀ ਨੀਂਹ ਰੱਖੀ ਸੀ ਅਤੇ ਇੱਥੇ ਇੱਕ ਥੰਮ ਲਾਇਆ ਸੀ, ਟਾਹਲੀ ਦਾ ਥੰਮ। ਇਤਿਹਾਸਕਾਰ ਗਵਾਹ ਭਰਦੇ ਹਨ ਕਿ ਉਹ ਜਿਹੜਾ ਥੰਮ ਸੀ 162 ਸਾਲ ਤੱਕ ਇਸ ਅਸਥਾਨ 'ਤੇ ਰਿਹਾ, ਪਰ ਜਦੋਂ ਜਲੰਧਰ ਦਾ ਹਾਕਮ ਨਾਸਰ ਅਲੀ ਨੇ ਇਸ ਸਥਾਨ ਉੱਤੇ ਹਮਲਾ ਕੀਤਾ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ, ਤਾਂ ਉਸ ਥੰਮ ਨੂੰ ਸਾੜ ਦਿੱਤਾ ਅਤੇ ਇਸ ਤੋਂ ਇਲਾਵਾ ਗੁਰੂ ਘਰ ਦੀ ਉਹਨੇ ਬਹੁਤ ਜ਼ਿਆਦਾ ਬੇਅਦਬੀ ਕੀਤੀ। ਜਦੋਂ ਸਿੱਖਾਂ ਨੂੰ ਪਤਾ ਲੱਗਾ, ਸਿੱਖਾਂ ਨੇ ਉਹਨੂੰ ਦੰਡ ਦੇਣ ਵਾਸਤੇ, ਉਹਨੂੰ ਸਜ਼ਾ ਦੇਣ ਵਾਸਤੇ, ਉਹਨੂੰ ਸੋਧਾ ਲਾਉਣ ਵਾਸਤੇ ਸਿੱਖਾਂ ਨੇ ਉਹਦੇ ਉੱਤੇ ਹਮਲਾ ਕੀਤਾ। 1814 ਈਸਵੀ ਵਿੱਚ ਨਾਸਰ ਅਲੀ ਜਿਹੜਾ ਇਸ ਸਥਾਨ 'ਤੇ ਹਾਰ ਗਿਆ, ਆਪਣੀ ਜਾਨ ਬਚਾਉਣ ਵਾਸਤੇ ਨਾਸਰ ਅਲੀ ਭੱਜਿਆ, ਪਰ ਸਿੱਖਾਂ ਦੇ ਵਿੱਚ ਇੱਕ ਸੂਰਮਾ ਸਿੱਖ ਹੋਇਆ ਹੈ ਖਿਆਲਾ ਸਿੰਘ ਜੀ, ਉਹਨੇ ਜਾ ਕੇ ਇਸ ਨਾਸਰ ਅਲੀ ਨੂੰ ਘੇਰਿਆ ਅਤੇ ਉਸੇ ਤਰੀਕੇ ਦੇ ਨਾਲ ਜਿਵੇਂ ਇਹਨੇ ਇਸ ਅਸਥਾਨ 'ਤੇ ਗੁਰੂ ਸਾਹਿਬ ਜੀ ਦੀ ਨਿਸ਼ਾਨੀ ਨੂੰ ਸਾੜਿਆ ਸੀ ਅੱਗ ਲਾ ਕੇ, ਸਿੱਖਾਂ ਨੇ ਵੀ ਉਸੇ ਤਰੀਕੇ ਦੇ ਨਾਲ ਉਹਨੂੰ ਸਾੜ ਦਿੱਤਾ ਜਿਵੇਂ ਇਹਨੇ ਥੰਮ ਨੂੰ ਸਾੜਿਆ ਸੀ, ਸਿੱਖਾਂ ਨੇ ਵੀ ਉਹਨੂੰ ਸਾੜ ਕੇ ਰੱਖ ਦਿੱਤਾ। ਇਹ ਪਵਿੱਤਰ ਅਸਥਾਨ ਕਰਤਾਰਪੁਰ ਸਾਹਿਬ ਜੀ ਦੀ ਧਰਤੀ 'ਤੇ ਹੈ ਅਤੇ ਇਹ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਵੀ ਚਰਨ ਪਏ ਹਨ। ਇਸੇ ਹੀ ਅਸਥਾਨ ਦੇ ਉੱਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਚੌਥੀ ਜੰਗ ਲੜੀ ਹੈ ਪੈਂਦੇ ਖਾਂ ਅਤੇ ਕਾਲੇ ਖਾਂ ਦੇ ਨਾਲ। ਚੌਥੀ ਜੰਗ ਦੇ ਵਿੱਚ ਹੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ, ਜੋ ਕਿ 13 ਸਾਲ ਦੀ ਉਮਰ ਵਿੱਚ ਜੌਹਰ ਵਿਖਾਏ ਸਨ, ਅਤੇ ਪਿਤਾ ਗੁਰੂ ਹਰਗੋਬਿੰਦ ਜੀ ਨੇ ਖੁਸ਼ੀ ਵਿੱਚ ਆ ਕੇ ਉਹਨਾਂ ਦਾ ਨਾਮ ਤਿਆਗਮੱਲ ਤੋਂ ਤੇਗ ਬਹਾਦਰ ਰੱਖ ਦਿੱਤਾ ਸੀ। ਇਸੇ ਅਸਥਾਨ ਦੇ ਉੱਤੇ ਹੋਰ ਵੀ ਬਹੁਤ ਜ਼ਿਆਦਾ ਯਾਦਾਂ ਹਨ ਗੁਰੂ ਸਾਹਿਬ ਜੀ ਦੀਆਂ, ਜਿਵੇਂ ਕਿ ਗੁਰਦੁਆਰਾ ਚਬੱਚਾ ਸਾਹਿਬ, ਜਿਸ ਅਸਥਾਨ 'ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਅਤੇ ਪੈਂਦੇ ਖਾਂ ਚੌਪੜ ਖੇਡਦੇ ਸਨ, ਅਤੇ ਇਸ ਅਸਥਾਨ ਦੇ ਉੱਤੇ ਹੋਰ ਵੀ ਬਹੁਤ ਜ਼ਿਆਦਾ ਗੁਰਦੁਆਰਾ ਇਤਿਹਾਸਿਕ ਹਨ ਜਿਸ ਅਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਜੇ। ਇਹ ਅਸਥਾਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਸ ਅਸਥਾਨ ਦੀ ਨੀਂਹ ਰੱਖੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਰਾ ਤਨ ਜੀਤ ਕਹੋ ਨਾਨਕ ਭਜ ਹਰ ਮਨਾ ਔਦ ਜਾਤ ਹੈ ਬੀਤ ਔਦ ਜਾਤ ਹੈ ਬੀਤ ਪਯੋ ਸੂਝੈ ਨਹੀਂ ਕਾਲ ਪਹੁੰਚਿਓ। ਗੁਰਦੁਆਰਾ ਥੰਮ ਸਾਹਿਬ ਦਾ ਇਤਿਹਾਸ ਸਿੱਧੇ ਰੂਪ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਜੁੜਿਆ ਹੋਇਆ ਨਹੀਂ ਲੱਗਦਾ, ਲੇਕਿਨ ਗੁਰਦੁਆਰਾ ਸਾਹਿਬ ਦੇ ਠੀਕ ਪਿੱਛੇ ਇੱਕ ਹਵੇਲੀ ਹੋਇਆ ਕਰਦੀ ਸੀ ਜਿਹਨੂੰ ਸ਼ੀਸ਼ ਮਹਿਲ ਹਵੇਲੀ ਦੇ ਨਾਂ 'ਤੇ ਜਾਣਿਆ ਜਾਂਦਾ ਸੀ। ਇਤਿਹਾਸਕਾਰ ਦੱਸਦੇ ਨੇ ਉਹ ਹਵੇਲੀ ਸੀ ਜਿਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਤਾ ਜੀ ਯਾਨੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਿਵਾਸ ਹੋਇਆ ਕਰਦਾ ਸੀ। ਅੱਜ ਉਸ ਹਵੇਲੀ ਦੇ ਕੁਛ ਮਾਤਰ ਖੰਡਰ ਬਚੇ ਨੇ ਅਤੇ ਇੱਕ ਛੋਟੀ ਜਿਹੀ ਹਵੇਲੀ ਉੱਥੇ ਹਲੇ ਵੀ ਹੈ। ਜਿਹੜੇ ਖੰਡਰਾਂ ਦੇ ਵਿੱਚ ਅਸੀਂ ਇਸ ਵਕਤ ਖਲੋਤੇ ਹੈਗੇ ਹਾਂ, ਇਹ ਉਹ ਖੰਡਰ ਨੇ ਜਿਹੜੇ ਕਿ ਸ਼ੀਸ਼ ਮਹਿਲ ਹਵੇਲੀ ਦੇ ਖੰਡਰਾਂ ਦੇ ਨਾਂ 'ਤੇ ਜਾਣੇ ਜਾਂਦੇ ਨੇ। ਇਸ ਸਥਾਨ ਦਾ ਇਤਿਹਾਸ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਜ਼ਰੂਰ ਜੁੜਿਆ ਹੋਇਆ ਹੈ। ਇਸ ਸਥਾਨ ਦੇ ਬਾਰੇ 'ਚ ਆਖਿਆ ਜਾਂਦਾ ਹੈਗਾ ਕਿ ਸ਼ੀਸ਼ ਮਹਿਲ ਹਵੇਲੀ ਦੀ ਛੱਤ 'ਤੇ ਖੜ੍ਹੇ ਹੋ ਕੇ ਮਾਤਾ ਗੁਜਰੀ ਜੀ ਨੇ ਅਤੇ ਮਾਤਾ ਨਾਨਕੀ ਜੀ ਨੇ ਜਿਹੜੀ ਕਰਤਾਰਪੁਰ ਸਾਹਿਬ ਵਿੱਚ ਜੰਗ ਹੋਈ ਸੀਗੀ ਜਿਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੱਸਾ ਲਿਆ ਸੀ, ਉਹ ਵੇਖੀ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਰ 14 ਸਾਲ ਦੇ ਸੀ ਉਸ ਵਕਤ ਜਿਸ ਵਕਤ ਕਰਤਾਰਪੁਰ ਸਾਹਿਬ ਦੀ ਜੰਗ ਹੋਈ। ਉਸ ਜੰਗ ਵੇਲੇ ਮਾਤਾ ਨਾਨਕੀ ਜੀ ਨੇ ਆਪਣੇ ਹੱਥਾਂ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਸਤਰ ਪਵਾਏ, ਉਹਨਾਂ ਨੂੰ ਤਿਆਰ ਕੀਤਾ ਅਤੇ ਉਹਨਾਂ ਦੇ ਹੱਥ 'ਚ ਤੇਗਾ ਦਿੱਤਾ। ਗੁਰੂ ਤੇਗ ਬਹਾਦਰ ਜੀ ਨੇ ਉਹ ਜੰਗ ਬੜੀ ਬਹਾਦਰੀ ਨਾਲ ਲੜੀ, ਜਿਹਨੂੰ ਵੇਖ ਕੇ ਦੁਸ਼ਮਣ ਨੇ ਵੀ ਦੰਨਾਂ ਤਲੇ ਉਂਗਲੀਆਂ ਦਬਾ ਲਈਆਂ। ਇਤਿਹਾਸਕਾਰ ਆਖਦੇ ਨੇ ਕਿ ਮਮਤਾ ਦੇ ਵਿਸ਼ ਵਿੱਚ ਆਈ ਮਾਤਾ ਨਾਨਕੀ ਜੀ ਨੇ ਉਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇੱਕ ਸੁਨੇਹਾ ਭੇਜਿਆ ਸੀ ਕਿ ਉਹ ਛੋਟੀ ਉਮਰ ਦੇ ਨੇ, ਥੱਕ ਗਏ ਹੋਣਗੇ, ਕੁਛ ਸਮੇਂ ਲਈ ਆ ਕੇ ਵਿਸ਼ਰਾਮ ਕਰ ਲੈਣ। ਜਿਹਦੇ ਜਵਾਬ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਚਨ ਉਚਾਰੇ, ਛਤਰੀ ਜਿਹੜੇ ਨੇ ਉਹ ਜੰਗ 'ਚ ਜਾਂ ਤਾਂ ਜੰਗ ਖਤਮ ਕਰਕੇ ਲੌਟਦੇ ਨੇ ਜਾਂ ਉਹਨਾਂ ਦਾ ਸਰੀਰ ਲੌਟਦਾ ਹੈ।
ਅਤੇ ਸ਼ੂਰਵੀਰ ਸੂਰਮੇ ਜਿਹੜੇ ਨੇ ਉਹ ਹਮੇਸ਼ਾ ਜੰਗ ਫਤਿਹ ਕਰਕੇ ਵਾਪਸ ਆਉਂਦੇ ਨੇ। ਅਤੇ ਐਸਾ ਹੀ ਹੋਇਆ, 3 ਦਿਨਾਂ ਤੱਕ ਚੱਲੀ ਹੈ ਜੰਗ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸਦੇ 'ਤੇ ਫਤਿਹ ਹਾਸਿਲ ਕੀਤੀ ਅਤੇ ਸਕੁਸ਼ਲ ਘਰ ਵਾਪਸ ਆਏ। ਇਸ ਖੰਡਰਾਂ ਦੇ ਨਾਲ ਹੀ ਇੱਕ ਛੋਟਾ ਜਿਹਾ ਸਥਾਨ, ਇੱਕ ਛੋਟੀ ਜਿਹੀ ਹਵੇਲੀ ਹੋਰ ਬਣੀ ਹੋਈ ਹੈ, ਜਿਹਦਾ ਕਿ ਕਬਜ਼ਾ ਤੀਰ ਮਲਿਆਂ ਕੋਲ ਹੈ। ਗੁਰਦੁਆਰਾ ਥੰਮ ਸਾਹਿਬ ਤੋਂ ਅਸੀਂ ਤੁਹਾਨੂੰ ਕੱਲ੍ਹ ਲੈ ਕੇ ਜਾਵਾਂਗੇ ਬਾਬਾ ਬਕਾਲੇ। ਲੇਕਿਨ ਬਾਬਾ ਬਕਾਲੇ, ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੋਂ ਸਿੱਧਾ ਨਹੀਂ ਗਏ ਸੀਗੇ। ਇਹ ਸੰਨ 1634 ਦੀ ਗੱਲ ਹੈਗੀ। ਕਰਤਾਰਪੁਰ ਸਾਹਿਬ ਦੀ ਜੰਗ ਖਤਮ ਹੁੰਦੀ ਹੈ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਮਰ ਹੁੰਦੀ ਹੈ 14 ਸਾਲ। ਅਤੇ ਉਹ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਕਰਤਾਰਪੁਰ ਤੋਂ ਚਲੇ ਜਾਂਦੇ ਨੇ ਕੀਰਤਪੁਰ ਸਾਹਿਬ, ਉੱਥੇ ਰਹਿਣ ਵਾਸਤੇ। ਅਤੇ ਆਓ ਹੁਣ ਤੁਹਾਨੂੰ ਦੱਸਣੇ ਹੈਗੇ ਹਾਂ ਉਹਨਾਂ 10 ਸਾਲਾਂ ਦਾ ਇਤਿਹਾਸ, ਕਿਉਂਕਿ ਬਾਬਾ ਬਕਾਲੇ ਦੇ ਵਿੱਚ ਗੁਰੂ ਸਾਹਿਬ ਆਉਂਦੇ ਨੇ ਸੰਨ 1644 ਵਿੱਚ ਅਤੇ ਜਾਂਦੇ ਨੇ ਸੰਨ 1634 ਦੇ ਵਿੱਚ। ਸੋ 10 ਸਾਲ ਉਹਨਾਂ ਨੇ ਕਿਸ ਤਰ੍ਹਾਂ ਗੁਜ਼ਾਰੇ, ਆਓ ਉਹ ਇਤਿਹਾਸ ਸਰਵਨ ਕਰੋ। ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਸੰਨ 1634 ਤੋਂ ਕੁਛ ਸਮਾਂ ਪਹਿਲੇ ਹੀ ਭੇਜ ਕੇ ਸ਼ਿਵਾਲਿਕ ਦੀ ਪਹਾੜੀਆਂ ਦੇ ਕੋਲ ਕੀਰਤਪੁਰ ਸਾਹਿਬ ਵਿੱਚ ਇੱਕ ਨਗਰ ਵਸਾਉਂਦੇ ਨੇ, ਜਿੱਥੇ ਉਹਨਾਂ ਦਾ ਨਿਵਾਸ ਹੁੰਦਾ ਹੈਗਾ, ਜਿਹਨੂੰ ਅੱਜ ਅਸੀਂ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਆਖਦੇ ਹਾਂ। ਇਹ ਪਹਿਲੇ ਤੋਂ ਹੀ ਬਣ ਚੁੱਕਿਆ ਹੁੰਦਾ ਹੈ। ਸੰਨ 1634 ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਛੱਡ ਆਪਣੇ ਪਰਿਵਾਰ ਨਾਲ ਕੀਰਤਪੁਰ ਸਾਹਿਬ ਆ ਜਾਂਦੇ ਨੇ। ਸੰਨ 1638 ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ 5 ਪੁੱਤਰਾਂ ਵਿੱਚੋਂ 3 ਪੁੱਤਰ ਅਕਾਲ ਚਲਾਣਾ ਕਰ ਜਾਂਦੇ ਨੇ, ਬਚਦੇ ਨੇ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਬਾਬਾ ਸੂਰਜਮਾਲ ਜੀ। ਗੁਰੂ ਸਾਹਿਬ ਦੇ ਪੁੱਤਰ ਬਾਬਾ ਸੂਰਜਮਾਲ ਜੀ ਦੇ ਮਸੰਦਾਂ ਦੇ ਕਹਿਣ ਦੇ ਉੱਤੇ ਇਹ ਗੱਲ ਤੋਰੀ ਜਾਂਦੀ ਹੈਗੀ ਕਿ ਗੁਰੂ ਸਾਹਿਬ ਜੀ ਤੋਂ ਬਾਅਦ ਗੱਦੀ ਕਿਹਨੂੰ ਮਿਲੇਗੀ। ਉਸ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਬਚਨ ਕਰਦੇ ਨੇ ਕਿ ਕਿਸੇ ਨੂੰ ਹੱਕ ਜਿਤਾਉਣ ਦੀ ਲੋੜ ਨਹੀਂ, ਇਹ ਸੇਵਕ ਕੀ ਚੀਜ਼ ਹੈ ਕੋਈ ਨਾ ਇਰਖ ਪਾਏ, ਕਰ ਸੇਵਾ ਸੋਈ ਲਹੇ ਸ਼੍ਰੀ ਗੁਰੂ ਹਰਿ ਤਹਰਾਏ। ਜਿਹਦੇ ਉੱਤੇ ਅਕਾਲ ਪੁਰਖ ਦੀ ਕਿਰਪਾ ਹੋਏਗੀ ਉਸਨੂੰ ਹੀ ਗੁਰਤਾ ਗੱਦੀ ਪ੍ਰਾਪਤ ਹੋਏਗੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੱਡੇ ਭਰਾ ਸੀ ਬਾਬਾ ਗੁਰਦਿੱਤਾ ਜੀ, ਜਿਹੜੇ ਕਿ ਸ਼ੀਸ਼ ਮਹਿਲ ਦੇ ਵਿੱਚ ਰਿਹਾ ਕਰਦੇ ਸੀ, ਇੱਥੇ ਉਹਨਾਂ ਦਾ ਨਿਵਾਸ ਸਥਾਨ ਸੀ। ਅਤੇ ਉਹਨਾਂ ਦੇ ਪੁੱਤਰ ਗੁਰੂ ਹਰ ਰਾਏ ਸਾਹਿਬ ਜੀ, ਜਿਹੜੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ 10 ਸਾਲ ਛੋਟੇ ਸੀ। ਰਿਸ਼ਤੇ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਗੁਰੂ ਹਰ ਰਾਏ ਸਾਹਿਬ ਜੀ ਦੇ ਚਾਚਾ ਲੱਗਦੇ ਸੀ। ਸੰਨ 1634 ਤੋਂ ਲੈ ਕੇ ਸੰਨ 1664 ਤੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਕੀਰਤਪੁਰ 'ਚ ਰਹੇ ਅਤੇ ਇਸ ਵਕਤ ਤੱਕ ਉਹਨਾਂ ਦੀ ਉਮਰ 24 ਸਾਲ ਹੋ ਚੁੱਕੀ ਸੀ। ਗੁਰੂ ਹਰ ਰਾਏ ਜੀ ਦੇ ਸਾਥ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਹੁਤ ਸੁਨੇਹ ਸੀਗਾ, ਔਰ ਗੁਰੂ ਹਰ ਰਾਏ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਕਸ਼ਾਂ 'ਤੇ ਚੱਲ ਰਹੇ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਗਤ ਨੂੰ ਇਹ ਬਚਨ ਕੀਤੇ ਸੀ ਕਿ ਉਹ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਆਪਣੇ ਪੋਤਰੇ, ਆਪਣੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਹਰ ਰਾਏ ਜੀ ਨੂੰ ਹੀ ਸੌਂਪਣਗੇ। ਇਹ ਸੁਣ ਮਾਤਾ ਨਾਨਕੀ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਆਖਿਆ ਕਿ ਪਾਤਸ਼ਾਹ ਜੀ, ਅੱਜ ਤੋਂ 24-25 ਸਾਲ ਪਹਿਲੇ ਆਪ ਜੀ ਨੇ ਬਚਨ ਕੀਤੇ ਸੀ ਕਿ ਤੇਗ ਬਹਾਦਰ ਕੋਈ ਆਮ ਬਾਲਕ ਨਹੀਂ ਹੈ ਅਤੇ ਗੁਰਤਾ ਗੱਦੀ ਦਾ ਅਸਲੀ ਮਾਲਕ ਇਹੀ ਹੈ। ਗੁਰੂ ਸਾਹਿਬ ਜੀ ਨੇ ਕਿਹਾ ਕਿ ਆਪ ਫਿਕਰ ਨਾ ਕਰੋ, ਸਮਾਂ ਆਉਣ 'ਤੇ ਗੁਰਤਾ ਗੱਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜ਼ਰੂਰ ਮਿਲੇਗੀ। ਸੰਨ 1644 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਗੁਰੂ ਹਰ ਰਾਏ ਜੀ ਨੂੰ ਦਿੱਤੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਜੋਤੀ ਜੋਤ ਸਮਾਉਣ ਤੋਂ ਪਹਿਲੇ ਆਪਣੀ ਪਤਨੀ ਮਾਤਾ ਨਾਨਕੀ ਜੀ ਨੂੰ ਬਚਨ ਕਰਦੇ ਨੇ ਕਿ ਆਪ ਆਪਣੇ ਪੱਕੇ ਘਰ ਬਕਾਲੇ ਚਲੇ ਜਾਣ ਅਤੇ ਉੱਥੇ ਜਾ ਕੇ ਭਾਈ ਮਹਿਰਾ ਜੀ ਦੇ ਘਰ ਨਿਵਾਸ ਕਰਨ। ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰ ਕੌਰ ਜੀ ਨੂੰ ਲੈ ਕੇ ਬਕਾਲੇ ਆ ਜਾਂਦੇ ਨੇ, ਜਿੱਥੇ ਉਹ ਭਾਈ ਮਹਿਰਾ ਜੀ ਦੇ ਘਰ ਨਿਵਾਸ ਰੱਖਦੇ ਨੇ। ਐਸੀ ਪਿਛਲੇ 10 ਸਾਲਾਂ ਦਾ ਇਤਿਹਾਸ। ਅੱਜ ਦੇ ਐਪੀਸੋਡ ਵਿੱਚ ਆਪ ਜੀ ਨੇ ਦਰਸ਼ਨ ਕੀਤੇ ਗੁਰਦੁਆਰਾ ਸ਼੍ਰੀ ਥੰਮ ਸਾਹਿਬ ਕਰਤਾਰਪੁਰ ਦੇ, ਅਤੇ ਨਾਲ ਜਾਣਿਆ ਇਤਿਹਾਸ ਕਰਤਾਰਪੁਰ ਦੀ ਸ਼ੀਸ਼ ਮਹਿਲ ਹਵੇਲੀ ਤੋਂ ਲੈ ਕੇ ਗੁਰਦੁਆਰਾ ਸ਼੍ਰੀ ਸ਼ੀਸ਼ ਮਹਿਲ ਸਾਹਿਬ ਕੀਰਤਪੁਰ ਤੱਕ ਦੇ। ਇਹ 10 ਸਾਲਿਆਂ ਦਾ ਇਤਿਹਾਸ ਜਾਣਨ ਤੋਂ ਬਾਅਦ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਸ ਸਥਾਨ 'ਤੇ ਜਾਂਦੇ ਨੇ ਉਹਦਾ ਨਾਂ ਹੈ ਬਾਬਾ ਬਕਾਲਾ। ਅਤੇ ਕੱਲ੍ਹ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਬਾਬਾ ਬਕਾਲਾ ਸਾਹਿਬ ਅਤੇ ਕਰਾਵਾਂਗੇ ਉੱਥੇ ਦੇ ਦਰਸ਼ਨ ਅਤੇ ਦੱਸਾਂਗੇ ਉੱਥੇ ਦਾ ਇਤਿਹਾਸ। ਤਦ ਤੱਕ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਦੇਖਦੇ ਰਹੋ ਸਾਡੀ ਜਰਨੀ, ਸਪਿਰਚੁਅਲ ਜਰਨੀ ਆਫ ਦਾ ਟਰਬਨ ਟਰੈਵਲਰ ਯਾਤਰਾ। ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਸਾਡੇ ਯੂਟਿਊਬ ਚੈਨਲ ਦਾ ਟਰਬਨ ਟਰੈਵਲਰ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਫਤ ਇਲਾਹੀ ਆ ਉਹ ਨਾ।
ਮੇਰਾ ਹਿੰਦ ਦੀ ਚਾਦਰ ਹੈ।